ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਣਾ ਕਿ ਕੌਣ ਕਹਿੰਦਾ ਗਾ ਵੀ ਧੀਆਂ ਕੰਮ ਨਹੀਂ ਕਰ ਸਕਦੀਆਂ ਵੀ ਬਾਹਰ ਨਹੀਂ ਜਾ ਸਕਦੀਆਂ ਠੀਕ ਆ ਆਪਦੇ ਮਾਂ ਪਿਓ ਨੂੰ ਹੱਥ ਨਹੀਂ ਵਟਾ ਸਕਦੇ ਕੀ ਇਕੱਲੇ ਮੁੰਡੇ ਹੀ ਵਟਾ ਸਕਦੇ ਨੇ ਤੇ ਆਹੀ ਕਹਾਣੀ ਆਪਣੇ ਯਾਰ ਮਿੱਤਰ ਭੋਲਾ ਜੀ ਦੀ ਆ ਜਿਹਦਾ ਦੋ ਬੇਟੀਆਂ ਨੇ ਇੱਕ ਬੇਟੀ ਆਪਣਾ ਕੰਮ ਕਰਾਉਂਦੀ ਆ ਖੇਤੀਬਾੜੀ ਦਾ ਨਾਲ ਤੇ ਇੱਕ ਜੂਕੇ ਆ ਤੇ ਬਹੁਤ ਹੀ ਵਧੀਆ ਲੱਗਿਆ ਬਾਈ ਮਿਲ ਕੇ ਇਹਨਾਂ ਨੂੰ ਤੇ ਇੱਕ ਖੇਤੀਬਾੜੀ ਕਰਾਉਂਦੇ ਦੇਖੋ ਬਾਈ ਪੂਰਾ ਮੁੰਡਿਆਂ ਵਾਂਗੂ ਮੁੰਡਿਆਂ ਨਾਲੋਂ ਵੀ ਵੱਧ ਕੇ ਕੰਮ ਧੰਦਾ ਕਰਵਾਉਂਦੀ ਹੈ ਨਾਲ ਟਰੈਕਟਰ ਟੱਲੇ ਦਾ ਸਾਰਾ ਬਾਹੀ ਦਾ ਨਾਲ ਕੰਮ ਕਰਾਉਂਦੀ ਆ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਕਰਾਂਗੇ ਅਤੇ ਦੇਖੋ ਬਾਈ ਇਹ ਆਪਾਂ ਇਹ ਨਹੀਂ ਹੈ ਵੀ ਇਕੱਲੀਆਂ ਕੁੜੀਆਂ ਵੀ ਹਾਂ ਵੀ ਕੁੜੀਆਂ ਦਾ ਬਾਈ ਕੁਛ ਕਰ ਨਹੀਂ ਸਕਦੀਆਂ ਹੈ ਨਾ ਸਾਰਾ ਕੁਛ ਕਰ ਸਕਦੀਆਂ ਕੁੜੀਆਂ ਕਿਉਂਕਿ ਕੁੜੀਆਂ ਨੂੰ ਜੇ ਆਪਾਂ ਮਾੜਾ ਮੋਟਾ ਵੀ ਕਰਨ ਨੂੰ ਕਹਾਂਗੇ ਠੀਕ ਹੈ ਜਦੋਂ ਆਪਾਂ ਮਨਗਲ ਚਿੱਤ ਰੱਖਦਾ ਹਰ ਇੱਕ ਬੰਦਾ ਵੀ ਮਨਗਲ ਕੁੜੀਆਂ ਦਾ ਆਪਾਂ ਵੀ ਯਾਰ ਬਾਹਰ ਕੱਢਣੀਆਂ ਨਹੀਂ ਹੈ ਨਾ ਕੁੜੀਆਂ ਨੂੰ ਆਪਾਂ ਕੰਮ ਨਹੀਂ ਕਰਵਾਉਣਾ ਇਹਨਾਂ ਤੋਂ ਇਹ ਤਾਂ ਐਂ ਹੋ ਜਾਂਦਾ ਕੁੱਖਾਂ 'ਚ ਮਰਵਾਉਣ ਵਾਲਿਆਂ ਦੇ ਮੂੰਹ 'ਤੇ ਲਫੇੜਾ ਹੈਗਾ ਬਈ ਇਹ ਠੀਕ ਹੈ ਜਿਹੜੇ ਨਫ਼ਰਤ ਕਰਦੇ ਆ ਕੁੜੀਆਂ ਨੂੰ ਅਤੇ ਦੇਖੋ ਵੀਰੇ ਸਾਰਾ ਵਾਹਣ ਕੁੜੀ ਨੇ ਬੀਜਿਆ ਗਾ ਇਹ ਠੀਕ ਹੈ ਨਾਲ ਕੰਮ ਧੰਦਾ ਹੱਥ ਵਟਾਉਂਦੀ ਆ ਅਤੇ ਸਾਰਾ ਇਹ ਆਪਾਂ ਕਹਿ ਨਹੀਂ ਸਕਦੇ ਇਹਨਾਂ ਨੂੰ ਕੁਛ ਮੁੰਡੇ ਅੱਜ ਕੱਲ੍ਹ ਨਸ਼ਿਆਂ ਦੀ ਨਸ਼ੇ ਕਰ ਰਹੇ ਨੇ ਠੀਕ ਹੈ ਨਾ ਆਪਾਂ ਦੇਖਦੇ ਹਾਂ ਹੁਣ ਕਿੰਨਾ ਰੁਝਾਨ ਜਿਵੇਂ ਕਿ ਚਿੱਟੇ ਵਗੈਰਾ ਹੋਰ ਬਹੁਤ ਨਸ਼ੇ ਕਰ ਰਹੇ ਨੇ ਅਤੇ ਕੁੜੀਆਂ ਨੂੰ ਆਪਾਂ ਪਿੱਛੇ ਰੱਖਦੇ ਹਾਂ ਨਾ ਵੀ ਕੁੜੀਆਂ ਬਾਹਰ ਨਾ ਜਾਣ ਘਰੋਂ ਬਾਹਰ ਨਹੀਂ ਨਿਕਲਣਾ ਭਾਈ ਕੁੜਗੇ ਤੋਂ ਐਂ ਨਹੀਂ ਕਰਨਾ ਪੜ੍ਹਾਉਣੇ ਘੱਟ ਆ ਕੁੜੀਆਂ ਨੂੰ ਰੁਜ਼ਗਾਰ ਨਹੀਂ ਦਿੰਦੇ ਆਪਾਂ ਅਤੇ ਬਾਕੀ ਗੱਲਬਾਤ ਕਰਾਂਗੇ ਬਾਈ ਆਪਾਂ ਬਾਈ ਨਾਲ ਅਤੇ ਅੱਜ ਜੁੜੇ ਰਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਅਤੇ ਬਾਈ ਆਪਣੇ ਇਹਨਾਂ ਨੂੰ ਤਾਂ ਅਸਲ ਬਚਪਨ ਤੋਂ ਹੀ ਸ਼ੌਂਕ ਸੀਗਾ ਹਾਂ ਪੜ੍ਹਾਈ ਦਾ ਵੀ ਬਹੁਤ ਸ਼ੌਂਕ ਹੈ ਹੁਣ ਆਪਣੀ ਵੱਡੀ ਬੇਟੀ ਸੀਗੀ ਧਰਮਪ੍ਰੀਤ ਕੌਰ ਉਹ ਇਸ ਟਾਈਮ ਯੂਕੇ ਹੈਗੀ ਹਾਂ 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 ਉਹਦੇ ਵੀ ਸ਼ੌਂਕ ਸੀਗੇ ਹਾਂ ਹਾਂ ਉਹ ਤਾਂ ਜਿਵੇਂ ਅੱਜ ਕੱਲ੍ਹ ਹੱਥੀਂ ਦੁੱਧ ਰਿੜਕਣ ਵਾਲਾ ਰਿਵਾਜ਼ ਹੀ ਚੱਕਿਆ ਗਿਆ ਉਹਨੇ ਹੱਥੀਂ ਦੁੱਧ ਰਿੜਕਣਾ ਆਉਂਦਾ ਸੀ ਹੁਣ ਉਹਦੀ ਡਿਊਟੀ ਇਹਨੇ ਸਾਂਭੀ ਹੋਈ ਹੈ ਹਾਂ ਇਹ ਅਸੀਂ ਤਾਂ ਯਾਰ ਇਹ ਸੋਚ ਕੇ ਜਨਮੀ ਇਹਨਾਂ ਨੂੰ ਇਹ ਸੋਚ ਕੀਤਾ ਸੀ ਵੀ ਸਾਨੂੰ ਇਹ ਮੁੰਡਿਆਂ ਨੂੰ ਵੀ ਵਧੀਆ ਵੱਧ ਕੇ ਹਾਂ 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 ਅਸੀਂ ਤਾਂ ਇਹ ਨਹੀਂ ਕਿਤੇ ਸੋਚਿਆ ਹੀ ਨਹੀਂ ਸੀ ਵੀ ਸਾਡੇ ਮੁੰਡਾ ਹੋਵੇ ਹਾਂ ਅਸੀਂ ਤਾਂ ਬਸ ਦੋ ਕੁੜੀਆਂ ਬਾਅਦ ਆਪਦਾ ਐਨ ਐਸ ਬੀ ਦਾ ਆਪਰੇਸ਼ਨ ਬਰਾਬਰ ਹਾਂ ਹਾਂ ਇਹ ਹੁਣ ਅੱਜ ਮੈਂ ਹੁਣ ਵੀਰ ਲਾਉਣਾ ਸੀ ਇਹਦੀ ਮੰਮੀ ਨੇ ਅਤੇ ਇਹਨੇ ਨਾਲ ਲੱਗ ਕੇ ਮੇਰੇ ਸਾਰੇ ਵੀਰ ਲਵਾ ਤਾ ਪਹਿਲਾਂ ਉਦੋਂ ਬਾਅਦ ਮੈਂ ਵਾਹਣ ਵਾਹ ਕੇ ਤਿਆਰ ਕਰ ਗਿਆ ਇਹਨਾਂ ਨੇ ਮੇਰੇ ਜਾਂਦੇ ਨੂੰ ਬੀਜ ਤਿਆਰ ਕਰਤਾ ਆਹ ਹੁਣ ਅਸੀਂ 3 ਕਿੱਲੇ ਵਾਹਣ ਆ ਤਕਰੀਬਨ ਇਹ ਮੈਨੂੰ ਲੱਗਦਾ ਸਾਰਾ ਇਸੇ ਨਹੀਂ ਬੀਜਿਆ ਹਾਂ ਹਾਂ ਸਭ ਸਾਰਾ ਪਰਿਵਾਰ ਹਾਂ 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 ਸਾਰਾ ਪਰਿਵਾਰ ਜੁੜਿਆ ਹੋਇਆ ਹਾਂ 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 ਨਹੀਂ ਆਪਾਂ ਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਇਹਨਾਂ ਗੱਲੋਂ ਹਾਂ ਵਧੀਆ ਕੰਮ 'ਚ ਵੀ ਆਪਣਾ ਬਹੁਤ ਵੱਡਾ ਸਹਿਯੋਗ ਇਹਨਾਂ ਦਾ ਅਤੇ ਬਾਕੀ ਪੜ੍ਹਾਈ 'ਚ ਹੁਣੇ ਪਲੱਸ ਟੂ ਦੀ ਪੜ੍ਹਾਈ ਕਰੀ ਜਾਂਦੀ ਇਹਨਾਂ ਨੇ ਤਾਂ ਨਾਲ ਦੀ ਨਾਲ ਮੇਰੇ ਨਾਲ ਖੇਤੀ ਦਾ ਕੰਮ ਵੀ ਕਰਾਉਂਦੀ ਹੈ ਅਤੇ ਆਪਦੀ ਮੰਮੀ ਨਾਲ ਘਰ ਦਾ ਕੰਮ ਵੀ ਸਾਰਾ ਕਰਵਾਉਂਦੀ ਹੈ ਠੀਕ ਹੈ ਤੇ ਵਧੀਆ ਬਾਈ ਸੋਚ ਆ ਮੰਨ ਕੇ ਚੱਲ ਬਾਈ ਦੀ ਕਿਉਂਕਿ ਹਰ ਇੱਕ ਬੰਦੇ ਨੂੰ ਚਾਹੀਦਾ ਹੈਗਾ ਧੀਆਂ ਨੂੰ ਮੰਨ ਗਿਆ ਬਰਾਬਰ ਰੱਖਣ ਦਾ ਠੀਕ ਹੈ ਕਿਉਂਕਿ ਧੀਆਂ ਵੀ ਓਨਾ ਕੰਮ ਹੀ ਕਰ ਸਕਦੀਆਂ ਕਿਉਂਕਿ ਮੁੰਡਿਆਂ ਨਾਲੋਂ ਪਿੱਛੇ ਨਹੀਂ ਹੈਗੀਆਂ ਅਤੇ ਬਹੁਤ ਵਧੀਆ ਸੋਚ ਆ ਬਈ ਹਰ ਇੱਕ ਬੰਦਾ ਇਹੀ ਸੋਚੇ ਨਾ ਬਹੁਤ ਹੀ ਘੈਂਟ ਗੱਲਬਾਤ ਆ ਅਤੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਸਮਾਜ 'ਚ ਮੂਹਰੇ ਲਿਆਵਾਂਗੇ ਤਾਂ ਹੀ